हाँ जी दसो जी। हाँ जी भाजी, जय श्री राम जी। अंकित शर्मा बोल रहे हैं अमृतसर तो। कितना जी? अंकित शर्मा बोल रहे जी अमृतसर तो। हाँ जी हाँ जी बोलो जी। मैं ਤੁਹਾਡਾ ਭਾਜੀ ਹੁਣੀ ਵੀਡੀਓ ਦੇਖਿਆ ਸੀਗਾ YouTube ਤੇ, ਬੜਾ ਪ੍ਰਭਾਵਿਤ ਹੋਇਆ ਤੇ ਮੈਂ ਤੁਹਾਨੂੰ ਫੋਨ ਕੀਤਾ ਭਾਜੀ। ਅੱਛਾ ਅੱਛਾ, ਧੰਨਵਾਦ ਜੀ। ਹਾਂ ਜੀ, ਤੇ ਭਾਜੀ ਦੱਸੋ ਕੀ ਪਰੇਸ਼ਾਨੀ ਹੈ? ਜੈ ਸ਼੍ਰੀ ਰਾਮ ਨਾਲ ਮੈਂ ਵੀ ਤੁਹਾਨੂੰ ਹੁਣੀ ਕੀਤੀ, ਤੁਹਾਨੂੰ ਡਰ ਤੇ ਨਹੀਂ ਲੱਗਾ ਮੈਂ ਜੈ ਸ਼੍ਰੀ ਰਾਮ ਬੋਲਿਆ ਤੁਹਾਨੂੰ ਭਾਜੀ? ਨਹੀਂ ਨਹੀਂ, ਤੁਸੀਂ ਬਹੁਤ ਡਰ ਰਹੇ ਸੀਗੇ। ਕਿਵੇਂ? ਵੀਡੀਓ ਜਦੋਂ ਤੁਸੀਂ ਡਰ ਰਹੇ ਸੀ, ਤੁਹਾਨੂੰ ਕੁੱਟ ਰਹੇ ਸੀ ਨਾ ਨਾਲ, ਜੈ ਸ਼੍ਰੀ ਰਾਮ ਬੁਲਵਾ ਰਹੇ ਸੀ, ਤੇ ਮੈਂ ਕਿਹਾ ਮੈਂ ਜੈ ਸ਼੍ਰੀ ਰਾਮ ਕਿਹਾ, ਤੁਹਾਨੂੰ ਡਰ ਤੇ ਨਹੀਂ ਲੱਗ ਰਿਹਾ ਭਾਜੀ? ਨਹੀਂ 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 ਨਹੀਂ। ਹਾਂਜੀ ਨਹੀਂ ਨਹੀਂ ਨਹੀਂ। ਤੇ ਭਾਜੀ ਮੈਨੂੰ ਇਹ ਮਾੜਾ ਜਿਹਾ ਦੱਸੋ, ਕਿੰਨੇ ਸਾਲ ਹੋ ਗਏ ਤੁਹਾਨੂੰ ਮਤਲਬ ਇਹ ਕਰਦੇ ਹੋਏ? ਕਿਉਂਕਿ ਮੈਨੂੰ ਲੱਗਦਾ ਤੁਹਾਡੀ ਏਜ ਮੇਰੇ ਤੋਂ ਬਹੁਤ ਵੱਡੀ ਹੋਏਗੀ, ਤੁਸੀਂ ਕਾਫੀ ਐਕਸਪੀਰੀਅੰਸ ਲੱਗਦੇ ਜੇ। ਕਿੰਨੇ ਕੁ ਸਾਲ ਹੋ ਗਏ ਭਾਜੀ ਤੁਹਾਨੂੰ ਇਹ ਮਤਲਬ ਸਕਿੱਟ ਵਗੈਰਾ ਕਰਦੇ? ਕਾਫੀ ਟਾਈਮ ਹੋ ਗਿਆ। ਦੱਸੋ ਜੀ ਗੱਲ ਦੱਸੋ ਮੈਂ ਨਾ। ਗੱਲ ਤੇ ਇਹੀ ਪੁੱਛਣੀ ਹੈ ਨਾ ਭਾਜੀ, ਕਿਹੜੇ ਸੰਚ ਸ਼ੁਰੂ ਕੀਤਾ ਸੀਗਾ, ਫਿਰ ਉਸ ਹਿਸਾਬ ਨਾਲ ਮੈਂ ਗੱਲ ਕਰਾਂਗਾ ਨਾ ਭਾਜੀ। ਨਹੀਂ ਕਾਫੀ ਟਾਈਮ ਹੋ ਗਿਆ, ਤੁਸੀਂ ਆਪ 84 ਤੋਂ ਪਹਿਲੇ ਕਰਦੇ ਸੀ, 80 ਤੋਂ ਪਹਿਲੇ ਕਰਦੇ ਸੀ, 90 ਤੋਂ ਬਾਅਦ ਸ਼ੁਰੂ ਕੀਤਾ, ਕਦੋਂ ਕਰਦੇ ਸੀ ਭਾਜੀ? ਚਲੋ 90 ਤੋਂ ਬਾਅਦ ਲਾਓ। 90 ਤੋਂ ਬਾਅਦ ਲਈਏ, ਠੀਕ ਹੈ ਜੀ। ਭਾਜੀ ਤੁਹਾਨੂੰ ਜੈ ਸ਼੍ਰੀ ਰਾਮ ਦਿਖ ਗਿਆ, ਠੀਕ ਹੈ ਜੀ। ਹੁਣ 2-3 ਦਿਨ ਪਹਿਲੇ ਜਿਹੜਾ ਇੱਕ ਮੁੰਡਾ ਇਹਨਾਂ ਨੇ ਸਿੰਧੀਆਂ ਦਾ ਮਾਰਿਆ ਮੁਸਲਮਾਨਾਂ ਨੇ ਪੂਨੇ ਚ, ਭਾਜੀ ਉਹਦੇ ਬਾਰੇ ਤਾਂ ਤੁਸੀਂ ਬੋਲੇ ਕੁਛ ਨੀ? ਨਹੀਂ ਇਹ ਚੀਜ਼ ਤੁਸੀਂ ਚਲੋ ਇੱਕ ਗੱਲ ਦੇਖੋ, ਇਹ ਚੀਜ਼ ਧੱਕਾ ਭਾਜੀ, ਬਿਲਕੁਲ ਧੱਕਾ ਹੈ ਬਾਬੂ ਜੀ। 1990 ਦੇ ਵਿੱਚ ਕਸ਼ਮੀਰੀ ਪੰਡਿਤ ਨੂੰ, ਇੱਕ ਮਿੰਟ ਮੇਰੀ ਗੱਲ ਸੁਣੋ, ਬੇਨਤੀ ਸੁਣੋ ਵੀਰ ਜੀ, 1990 ਦੇ ਵਿੱਚ ਕਸ਼ਮੀਰੀ ਪੰਡਿਤ ਨੂੰ ਆਪਣਾ ਅਨਾਉਂਸਮੈਂਟ ਹੋਈ ਸੀ ਮਸਜਿਦ ਤੋਂ, ਯਾ ਤੇ ਹਿੰਦੂ ਰਹਿ ਜੋ ਯਾ ਨਹੀਂ ਤੇ ਭੱਜ ਜੋ, ਤੁਹਾਨੂੰ ਮਾਰ ਦਿਆਂਗੇ, ਅਨਾਉਂਸਮੈਂਟ ਹੋਈਆਂ ਭਾਜੀ। ਮੇਰਾ ਖੁਦ ਦਾ ਇੱਕ ਪਰਿਵਾਰ ਉੱਥੋਂ ਉੱਜੜ ਕੇ ਆਇਆ, ਅਨਾਉਂਸਮੈਂਟ ਹੋਈਆਂ ਸੀ। ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਕਿ ਨਹੀਂ ਹੈ? ਤੁਹਾਨੂੰ ਹੈਗੀ ਹੈ ਕਿ ਨਹੀਂ? ਕਿਹੜੀ ਕਿਹੜੀ? ਮੇਰਾ ਥੋੜਾ ਜਿਹਾ ਸ਼ੂਟ ਨੂੰ ਛੱਡੋ ਨਾ, ਸਾਡੇ ਲਈ ਤੁਸੀਂ ਸਿਆਪਾ ਪਾਇਆ ਨਾ, ਤੁਸੀਂ ਸਾਨੂੰ ਯੂ ਆਰ ਸ਼ੋਇੰਗ ਅਸ ਦਾ ਹਿੰਦੂ ਟੈਰਰਿਸਟ ਹੈ। ਨਹੀਂ ਨਹੀਂ ਨਹੀਂ, ਵੀ ਨੀਡ ਟੂ ਬੀ ਸਲਾਈਟਲੀ ਕਲੀਅਰ ਔਨ ਦੈਟ ਪੁਆਇੰਟ, ਬਿਕੋਜ਼ ਯੂ ਯੂਜ਼ਡ ਆਰ ਵਰਡ ਜੈ ਸ਼੍ਰੀ ਰਾਮ ਫੋਰ ਦੈਟ, ਤੇ ਭਾਜੀ ਇਟ ਇਜ਼ ਕੁਆਇਟ ਕਲੋਥ ਬਰਨਿੰਗ ਫੋਰ ਮੀ। ਮੈਂ ਤੇ ਇਸ ਚੀਜ਼ ਨੂੰ ਨਹੀਂ ਛੱਡਾਂਗਾ ਭਾਜੀ, ਬਿਲਕੁਲ ਵੀ। ਮੈਂ ਕਿਉਂ ਛੱਡਾਂਗਾ ਜੀ? ਨਹੀਂ ਹੈਲੋ, ਹਾਂਜੀ ਹਾਂਜੀ ਭਾਜੀ, ਹਾਂਜੀ ਸਰ, ਹਾਂਜੀ ਹੈਲੋ, ਹਾਂਜੀ ਹਾਂਜੀ ਦੱਸੋ। ਗੁਰਚੇਤ ਭਾਜੀ ਬੋਲ ਰਹੇ ਜੀ ਕਿ ਕਿਸੇ ਹੋਰ ਨੂੰ ਫੋਨ ਦਿੱਤਾ ਉਹਨਾਂ ਨੇ? ਨਹੀਂ ਮੈਂ ਹੁਣ ਗੁਰਚੇਤ ਬੋਲਦਾ, ਪਹਿਲਾਂ ਕੋਈ ਹੋਰ ਸੀ। ਹਾਂਜੀ ਭਾਜੀ ਮੈਨੂੰ ਦੱਸੋ, ਇਹ ਵੀਡੀਓ ਜਿਹੜੀ ਆਪਾਂ ਨਹੀਂ ਤੁਹਾਡੇ ਉਹ ਬੰਦੇ ਨਾਲ ਵੀ ਗੱਲ ਕੀਤੀ, ਤੁਹਾਡੇ ਨਾਲ ਵੀ ਕਰ ਰਹੇ ਹਾਂ ਭਾਜੀ, 1990 ਦੇ ਵਿੱਚ ਜਿਹੜਾ ਕਸ਼ਮੀਰੀ ਪੰਡਿਤ ਨਾਲ ਹੋਇਆ, ਉਹਦੇ ਉੱਤੇ ਤੇ ਆਪਾਂ ਅੱਜ ਤੱਕ ਕੋਈ ਸਕਿੱਟ ਨਾ ਬਣਾਈ। ਅਸੀਂ ਉਹ ਅੱਜ ਦੇ ਗਿਆਨੀਆਂ ਤੇ ਵੀ ਬੁਲਾ ਰਹੇ ਜਿਹੜੇ ਬੰਦ ਕਰਾਉਂਦੇ ਫਿਰਦੇ ਸੀ, ਆਹ ਸਭ ਤੋਂ ਪਹਿਲੇ ਤੁਸੀਂ ਜਿਹੜੀ ਉਹਦੀ ਪਾਈ ਹੈ ਮੁੰਡੇ ਦੀ ਵੀਡੀਓ, ਉਹਦਾ ਕੀ ਨਾਮ ਹੈ ਆਪਣਾ ਜਿਹੜਾ ਪਿੱਛੇ ਜੇ ਮਾਰਿਆ ਗਿਆ ਸੀ, ਉਹ ਬੰਦਾ ਇਹ ਕੀ ਸੀਗਾ, ਚੋਰ ਸੀ ਕਿ ਨਹੀਂ, ਤੁਸੀਂ ਦੱਸੋ। ਪੁਲਿਸ ਐਵੀਡੈਂਸ ਰਿਪੋਰਟ ਆਈ ਸੀ ਯੂਪੀ ਪੁਲਿਸ ਦੀ ਕਿ ਨਹੀਂ ਆਈ ਸੀ ਭਾਜੀ? ਅੱਛਾ ਜੀ, ਆਈ ਸੀ ਕਿ ਨਹੀਂ ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਦੱਸੋ। ਹਾਂਜੀ ਹਾਂਜੀ, ਉਹ ਚੋਰ ਸੀ ਕਿ ਨਹੀਂ ਸੀ ਭਾਜੀ? ਉਹ ਭਾਜੀ ਮਾਰਨਾ ਥੋੜੀ ਸੀਗਾ ਭਾਜੀ, ਮੈਨੂੰ ਇੱਕ ਗੱਲ ਦੱਸੋ, ਚਲੋ ਮਾਰਨਾ ਨਹੀਂ ਸੀ, ਠੀਕ ਹੈ ਜੀ। 1983 18th ਮੇ ਸੁਭਾਨਪੁਰ ਦੀ ਬੱਸ, ਸੁਭਾਨਪੁਰ ਵਾਲੀ ਬੱਸ ਦਾ ਤੁਹਾਨੂੰ ਸ਼ਾਇਦ ਚੇਤਾ ਹੋਵੇ, ਤੁਸੀਂ ਕਾਫੀ ਏਜ ਦੇ, ਮੇਰੇ ਤੋਂ ਬਹੁਤ ਏਜ ਦੇ, ਬਥੇਰੇ ਭਾਜੀ ਹਿੰਦੂ ਰਾਜ ਮਾਰੇ ਨੇ ਇਹਨਾਂ ਲੋਕਾਂ ਨੇ, ਠੀਕ ਹੈ ਨਾ ਜੀ, ਮਾਰੇ ਉਹਦੇ ਉੱਤੇ ਤੇ ਭਾਜੀ ਸਕਿੱਟ ਨਾ ਬਣੀ, ਡਡਰੀਆਂ ਵਾਲੇ ਤੇ ਗੋਲੀ ਚਲਾਈ ਉਹਦੇ ਤੇ ਸਕਿੱਟ ਨਾ ਬਣੀ, ਤੁਸੀਂ ਇੱਕ ਸਿੰਗਲ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਜੇ, ਯੂ ਆਰ ਟਾਰਗੇਟਿੰਗ ਅ ਸਿੰਗੁਲੈਰਿਟੀ ਭਾਜੀ, ਯੂ ਆਰ ਟਾਰਗੇਟਿੰਗ ਅ ਸਿੰਗੁਲੈਰਿਟੀ, ਤੁਸੀਂ ਦੱਸੋ ਹਾਊ ਇਜ਼ ਦੈਟ ਜਸਟੀਫਾਈਬਲ ਭਾਜੀ, ਮੈਂ ਹੁਣੀ ਫੋਨ ਕੀਤਾ, ਜਿਨ੍ਹਾਂ ਨੇ ਫੋਨ ਪਿਕ ਕੀਤਾ ਸੀ ਮੈਂ ਉਹਨਾਂ ਨੂੰ ਵੀ ਕਿਹਾ ਜੈ ਸ਼੍ਰੀ ਰਾਮ, ਤੁਹਾਨੂੰ ਵੀ ਕਹਿ ਰਿਹਾ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਇਜ਼ ਅ ਹੰਬਲ, ਕੀ ਕਹਿੰਦਾ ਉਹਨੂੰ, ਹੰਬਲ, ਆਪਾਂ ਹੰਬਲੀ ਇੱਕ ਦੂਜੇ ਨੂੰ ਜਦੋਂ ਗ੍ਰੀਟ ਕਰੀਦਾ ਨਾ ਉਦੋਂ ਬੋਲੀਦਾ ਜੈ ਸ਼੍ਰੀ ਰਾਮ,
ਠੀਕ ਹੈ ਜੀ, ਜਿੱਦਾਂ ਤੁਸੀਂ ਸਿੱਖਾਂ ਵਿੱਚ ਕਹਿੰਦੇ ਸਤਿ ਸ੍ਰੀ ਅਕਾਲ, ਤੇ ਜਿੱਦਾਂ ਮੁਸਲਮਾਨਾਂ ਚ ਕਹਿੰਦੇ ਜੀ ਅਸਲਾਮ ਵਾਲੇਕੁਮ। ਹਾਂ ਜੀ ਠੀਕ ਹੈ ਨਾ ਜੀ, ਤੇ ਤੁਸੀਂ ਅਸਲਾਮ ਵਾਲੇਕੁਮ ਉੱਤੇ ਬਣਾਓ ਤੇ ਫਿਰ ਸਤਿ ਸ੍ਰੀ ਅਕਾਲ ਉੱਤੇ ਵੀ ਬਣਾਓ ਭਾਜੀ। ਤੁਸੀਂ ਜੈ ਸ਼੍ਰੀ ਰਾਮ ਨੂੰ ਕਿਉਂ ਟਾਰਗੇਟ ਕੀਤਾ? ਜੇ ਅਸੀਂ ਲੜਨਾ ਹੋਵੇ ਉਦੋਂ ਅਸੀਂ ਕਹਿੰਦੇ ਹਾਂ ਜੈ ਸ਼੍ਰੀ ਕ੍ਰਿਸ਼ਨਾ, ਤੇ ਉਦੋਂ ਅਸੀਂ ਲੜਨ ਵਾਸਤੇ ਤਿਆਰ ਹੁੰਦੇ ਹਾਂ ਭਾਜੀ। ਜੈ ਸ਼੍ਰੀ ਰਾਮ ਉੱਤੇ ਕੋਈ ਨੀ ਲੜਦਾ ਕਦੀ, ਰਾਮ ਰਾਜੇ ਦੇ ਤੁਸੀਂ ਕੰਪੈਰੀਜ਼ਨ ਕਰ ਰਹੇ ਜੇ ਭਾਜੀ। ਅਸੀਂ ਸਿੱਖਾਂ ਦੇ ਉੱਪਰ ਵੀ ਬਣਾ ਰਹੇ ਹਾਂ ਜਿਹੜੀ ਉਹ ਸੀ ਨਾ, ਉਹਨਾਂ ਨੇ ਨਾਈਆਂ ਦੀਆਂ ਦੁਕਾਨਾਂ ਬੰਦ ਕਰਾਈਆਂ ਨੇ, ਉੱਥੇ ਵੀ ਬਣਾ ਰਹੇ ਹਾਂ। ਨਹੀਂ ਉਹਦੇ ਤੇ ਬਣਾ ਰਹੇ ਜੇ, ਲੇਕਿਨ ਭਾਜੀ ਜਿਹੜੇ ਹਿੰਦੂ ਮਾਰੇ ਗਏ ਉਹਨਾਂ ਦੇ ਉੱਤੇ ਬਣਾਓਗੇ ਤੁਸੀਂ ਪੈਸੇ? ਮੈਂ ਦਿੰਦਾ ਪੈਸੇ 2 ਲੱਖ ਰੁਪਏ ਤੁਹਾਨੂੰ ਦਿੰਦਾ ਫੋਰ ਯੋਰ ਪ੍ਰੋਡਕਸ਼ਨ ਓਨਲੀ, ਮੈਂ ਦਿੰਦਾ 2 ਲੱਖ ਭਾਜੀ। ਬਣਾਓਗੇ? ਬਣਾਵਾਂਗੇ ਬਿਲਕੁਲ, ਤੁਹਾਨੂੰ ਪੈਸੇ ਬਣਾਓਗੇ। ਫਰੋਮ ਦ 1983 ਫਰੋਮ ਦ ਬਿਗਿਨਿੰਗ ਆਫ ਟਾਈਮ ਸਿੰਸ ਭਿੰਡਰਾਂਵਾਲਾ ਸਟਾਰਟਡ ਹਿਸ ਐਟਰੋਸਿਟੀਜ਼ ਔਨ ਹਿੰਦੂਸ, ਬਣਾਓਗੇ? ਹਾਂ ਜੀ ਬਿਲਕੁਲ, ਜਾਇਜ਼ ਹੈ ਤਾਂ ਜਾਇਜ਼ ਹੈ। ਮੈਂ ਦਵਾਂ ਖੁਦ ਗਲਤ ਕਹਿੰਦੇ, ਜੋ ਗਲਤ ਹੈ ਗਲਤ ਹੈ। ਚਲੋ ਫਿਰ ਮੈਨੂੰ ਦੱਸੋ ਮੈਂ ਤੁਹਾਨੂੰ ਕਿੱਥੇ ਮਿਲਣ ਆਵਾਂ? ਆਈ ਐਮ ਕਮਿੰਗ ਵਿਦ ਦ ਕੈਸ਼, ਪ੍ਰੋਡਕਸ਼ਨ ਸ਼ੁਰੂ ਕਰੋ, ਮੈਨੂੰ ਬਣਾ ਕੇ ਦੋ ਭਾਜੀ। ਫਿਰ ਓਕੇ ਜੀ, ਓਕੇ ਓਕੇ, ਮੈਨੂੰ ਦੱਸੋ ਐਡਰੈਸ ਬੋਲੋ ਭਾਜੀ। ਤੁਹਾਡੀ ਪੈਸਿਆਂ ਦੀ ਜ਼ਰੂਰਤ ਵੀ ਨਹੀਂ ਹੈਗੀ, ਤੁਸੀਂ ਇੱਕ ਵਾਰੀ ਮਿਲ ਲਓ ਆ ਕੇ, ਤੁਹਾਨੂੰ ਦੱਸ ਦੋ। ਮੈਂ ਕੋਈ ਗੱਲ ਨਹੀਂ ਭਾਜੀ, ਦੋ ਐਡਰੈਸ ਦੋ ਪਲੀਜ਼, ਆਈ ਰਿਕੁਐਸਟ। ਚੰਡੀਗੜ੍ਹ ਫੋਰ ਐਡਰੈਸ ਭਾਜੀ? ਚੰਡੀਗੜ੍ਹ। ਚੰਡੀਗੜ੍ਹ ਕਿਹੜੀ ਜਗ੍ਹਾ ਵਾ? ਚੰਡੀਗੜ੍ਹ ਬਹੁਤ ਵੱਡਾ ਭਾਜੀ। ਆਹ ਨੰਬਰ ਹੈ ਤੁਹਾਡੇ ਕੋਲੇ, ਜਦੋਂ ਤੁਸੀਂ ਆਉਣਾ ਹੈ ਨਾ ਮੈਨੂੰ ਫੋਨ ਕਰਕੇ, ਮੈਂ ਇੱਕ ਵੀਕ ਤੁਹਾਡਾ ਬਿਜ਼ੀ ਹਾਂ, ਵੀਕ ਤੋਂ ਬਾਅਦ ਤੁਹਾਨੂੰ ਕਾਲ ਕਰਦਾ, ਤੁਹਾਨੂੰ ਅਸੀਂ ਜਿੱਥੇ ਹੋਵਾਂਗੇ ਤੁਹਾਨੂੰ ਅਸੀਂ ਦੱਸਾਂਗੇ, ਜਾਂ ਅਸੀਂ ਜਿਹੜਾ ਖਰੜ ਰਹੇ ਨੇ ਐਚਮੇ ਹਾਈਟ ਦੇ ਵਿੱਚ। ਅੱਛਾ ਜੀ, ਹਾਂਜੀ ਹਾਂਜੀ, ਚਲੋ ਮੈਂ ਫਿਰ ਉੱਥੇ ਆ ਜਾਂਦਾ ਭਾਜੀ, ਕੋਈ ਚੱਕਰ ਨਹੀਂ ਹੈ। ਲੇਕਿਨ ਭਾਜੀ ਇਹ ਸਿੰਗਲੈਰਿਟੀ ਹਟਾ ਦੋ, ਆਪਣਾ ਮਾਈਂਡ ਸੈਟ ਥੋੜਾ ਬਰੋਡਰ ਰੱਖੋ। ਮਾਈਂਡ ਬਹੁਤ ਸੈਟ ਹੈ ਜੀ, ਸਿੰਗਲੈਰਿਟੀ ਹਟਾ ਦੋ, ਇਹਨਾਂ ਚੀਜ਼ਾਂ ਨੂੰ ਸੈੱਟ ਕਰਨ ਵਾਸਤੇ ਅਸੀਂ ਉਹ ਕਰ ਰਹੇ ਹਾਂ। ਨਹੀਂ ਭਾਜੀ, ਸਿੰਗਲ ਕਮਿਊਨਿਟੀ ਟਾਰਗੇਟ ਕਰਨਾ ਬੰਦ ਕਰ ਦੋ। ਨਹੀਂ ਨਹੀਂ ਬਿਲਕੁਲ ਨਹੀਂ ਕਰਦੇ, ਠੀਕ ਹੈ ਨਾ ਜੀ। ਫੈਨ ਨੂੰ ਭਾਜੀ ਅਸੀਂ ਫੈਨ ਨੂੰ ਕੀ ਕਰਨਾ, ਫੈਨ ਕਿਸੇ ਦਾ ਕੋਈ ਸਕਾ ਨਹੀਂ ਜੇ ਹੁੰਦਾ, ਸਕੇ ਉਹ ਹੁੰਦੇ ਜਿਹੜਾ ਦੂਜੇ ਨਾਲ ਖੜਨ। ਹਾਂਜੀ ਹਾਂਜੀ, ਠੀਕ ਹੈ ਨਾ। ਜੈ ਸ਼੍ਰੀ ਰਾਮ ਆਪਣਾ ਟਾਰਗੇਟ ਉਹਨੂੰ ਜਿਹੜਾ ਤੁਸੀਂ ਰੱਖਿਆ ਨਾ, ਉਹਦਾ ਬੋਲ ਜੈ ਸ਼੍ਰੀ ਰਾਮ, ਉਹਦੇ ਉੱਤੋਂ ਉਹ ਸਿਰਫ ਆਪਣਾ ਟਾਈਟਲ ਚੇਂਜ ਕਰ ਲਓ, ਠੀਕ ਹੈ ਨਾ ਜੀ। ਮੈਂ ਤੁਹਾਡੇ ਕੋਲ ਨੈਕਸਟ ਵੀਕ ਆਊਂਗਾ ਚੰਡੀਗੜ੍ਹ, ਤੇ ਜਿੱਥੇ ਕਹੋਗੇ ਉੱਥੇ ਮਿਲਣ ਨੂੰ ਵੀ ਤਿਆਰ ਹਾਂ ਭਾਜੀ। ਓਕੇ ਜੀ, ਲੇਕਿਨ ਆਪਣਾ ਟਾਈਟਲ ਚੇਂਜ ਕਰੋ ਭਾਜੀ।